ਪਹਿਲੋਂ ਬਾਲ ਕੱਟੇ ਸੀਗੇ ਹੁਣ ਪਹਿਚਾਣ ਚ ਨਹੀਂ ਆਉਣਾ ਬੰਦ ਸੁੱਕਾ ਕੰਮ ਚੱਲੀ ਜਾਂਦਾ ਚਲੋ ਕੋਈ ਗੱਲ ਨਹੀਂ ਉਹ ਤਾਂ ਮਸ਼ੀਨਾਂ ਵਾਲੇ ਸਾਰੇ ਕਰਦੇ ਹੀ ਆ ਮਸ਼ੀਨ ਅੱਜ ਖੋਲਤੀ ਆ ਫਿਰ ਹਾਂ ਦਿਨ ਚੰਗਾ ਅੱਜ ਬੁੱਧਵਾਰ ਦਾ ਹਾਂਜੀ ਉਹ ਕਿਹਾ ਸਾਲੇ ਨੂੰ ਰੋਟੀ ਹੋਰ ਖਾ ਲਿਆ ਸਰ 250 ਗ੍ਰਾਮ ਵਜਨ ਲੈ ਕੇ ਹੁਣ ਸਾਲਾ ਇੱਦਾਂ ਪੜਕਦਾ ਤੇ ਬਾਂਦਰ ਪੜਕਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਲੱਗੇ ਆ ਆਪਾਂ ਕਰਤਾਰ ਦੀ ਰਿਪੇਅਰ ਕਰਨ ਅੱਜ ਜੀਤ ਬਾਈ ਲੱਗਿਆ ਹੋਇਆ ਗਿਆਨੀ ਜੀ ਇਹ ਪਹਿਲਾਂ ਬਾਲ ਕੱਟੇ ਸੀਗੇ ਹੁਣ ਪਹਿਚਾਣ ਚ ਨਹੀਂ ਆਉਣਾ ਬੰਦੇ ਨੇ ਅਮਰ ਛਕ ਲਿਆ ਹੁਣ ਠੀਕ ਆ ਉਧਰ ਰਾਮੂ ਵੀ ਲੱਗਾ ਪੂਰੇ ਜ਼ੋਰਾਂ 'ਚ ਉਹ ਕੀ ਨਾਮ ਮਗਰੇ ਭਈਆ ਔਰ ਮਗਰੇ ਭਈਆ ਬੜੀਆ ਭਈਆ ਹਾਂ ਠੀਕ ਹੈ ਅੱਜ ਕਰਤੇ ਫਿਰ ਰਿਪੇਅਰ ਚੱਲ और इधर देख लो बढ़िया ठीक है थ्रेशर का काम करके पहले बंदे उनका कही हो बिलचा का काम आओ ते बाकी जेड़ा वा मशीन बाहर कर देंगे क्योंकि आज थोड़ी बैटरीयां दी दिक्कत है की स्टार्ट नहीं हो कल नु आपा मशीन बाहर कर देंगे ते उस दिन कलर पैन होंगे ते और बस कपाण जा भी आया साडा छोटा नकोई तो ਉਹੀ ਕਹਿੰਦਾ ਮਾਮਾ ਜੀ ਮਸ਼ੀਨ ਮੈਂ ਵੀ ਲੈਣੀ ਹੈਗੀ ਕੋਈ ਨਹੀਂ ਚਲੋ ਲੈ ਦਾਂਗੇ ਕਾਨ ਬਾਬੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਠੀਕ ਆ ਜੀ ਹੋਰ ਜੀ ਹਾਂ ਮਸ਼ੀਨ ਅੱਜ ਖੋਲਤੀ ਆ ਫਿਰ ਹਾਂ ਠੀਕ ਆ ਜੀ ਦਿਨ ਚੰਗਾ ਅੱਜ ਬੁੱਧਵਾਰ ਦਾ ਹਾਂਜੀ ਹਾਂਜੀ ਬਹੁਤ ਵਧੀਆ ਆ ਅੱਜ ਵਿਸ਼ਕਰਮਾ ਦਾ ਨਾਮ ਲੈ ਕੇ ਸਾਰੀ ਆਪਾਂ ਖੋਲ ਕੇ ਆਪਾਂ ਦੁਬਾਰਾ ਤੋਂ ਇਹਦਾ ਰਿਪੇਅਰ ਕਰਦੇ ਆ ਸਹੀ ਗੱਲ ਆ ਹਾਂ ਕਰਨੀ ਚਾਹੀਦੀ ਜੀ ਮੌਸਮ ਵੀ ਯਾਨੀ ਕਿ ਸਹੀ ਹੋ ਗਿਆ ਪਹਿਲਾਂ ਮੌਸਮ ਬਹੁਤ ਵਧੀਆ ਹੋ ਗਿਆ ਜੀ ਮੌਸਮ ਬਹੁਤ ਹੁਣ ਟੀ-ਸ਼ਰਟ 'ਚ ਹੀ ਹੋ ਜਣੀ ਆ ਨਾਲ ਕੋਈ ਗੱਲ ਨਹੀਂ ਕੋਟੀਆਂ ਕਾਪੀਆਂ ਮੌਂਟ ਕਸਮਤ ਖੋਲ ਕੇ ਰੱਖ ਦਈਏ ਆਪਾਂ ਹਾਂ ਰੱਖ ਦਈਏ ਇਹਦੀ ਹਾਂ ਐਰ ਕੀ ਇੱਧਰ ਥੋੜਾ ਆਪਾਂ ਸੈਸ਼ਨ ਦੁਆਰਾ ਕਰਨਾ ਹੈ ਤੇ ਸਮਾਨ ਹੀ ਰੱਖਣਾ ਹੈਗਾ ਹਾਂ ਹਾਂ ਗੈਰਜ ਦੇ ਵਿੱਚ ਠੀਕ ਆ ਹੋਰ ਸਭ ਠੀਕ ਆ ਹੈ ਬਾਕੀ ਹੁਣ ਕੱਲ ਨੂੰ ਆਪਾਂ ਮਸ਼ੀਨ ਬਾਹਰ ਕੱਟਾਂਗੇ ਡਰਮ ਬੜਾਉਂ ਡਰਮ ਉਹ ਕਿਹਾ ਸਾਲੇ ਨੂੰ ਰੋਟੀ ਹੋਰ ਖਾ ਲਿਆ ਸਰ 250 ਗ੍ਰਾਮ ਵਜਨ ਲੈ ਕੇ ਹੁਣ ਸਾਲਾ ਇੱਦਾਂ ਪੜਕਦਾ ਤੇ ਬਾਂਦਰ ਪੜਕਦਾ वजन बजूगा फिर सौखी घूम जूगी पुली इनी तगड़ी है तेरे तो दूनी हाथ पा लिया जानकारी तो पला जरा खोल लिया खोल के आप आराम ना देखो हाथ के नाल ही हूँ लैनी है जिदा ए आ लो जी इधर चक्कर सारे घट करते घट करके लाती है ये कई कई बंद योजे आ कि बिना पूलर तो इन जो कटते तो बेल्ट नाश कर देंगे ये अपनी बेल्ट ला जी ये आराम के नाल आ गई है इन आप सैड से कर देना इतने तो ऐतकी निकलती की अगे उत्ते लगता से ਸਕਰੇਂਜ ਪੜ ਰਹੇ ਨੀਚੇ ਸਕਰੇਂਜ ਭਈਆ ਅੱਛਾ ਖੋਲਤਾ ਸਮਾਨ ਖੋਲਤਾ ਮਗਰੇ ਭਈਆ ਨੇ ਆ ਲੋ ਐਂਡਲ ਖੋਲਤਾ ਕਿੱਥੋਂ ਦਾ ਵਾ ਮੈਨੂੰ ਤੇ ਪਤਾ ਲੱਗਦਾ ਕਿੱਥੋਂ ਦਾ ਐਂਡਲ ਕਪਾਣ ਜਾ ਇਹ ਦਰ ਨਹੀਂ ਨਾ ਕੋਲ ਨੂੰ ਕੀ ਕਹਿੰਦੇ ਐ ਸਮੈਂਟ ਦਾ ਰੱਖਦਾ ਹੁਣ ਭਈਆ ਚੁੱਕ ਤਾਰਨਾ ਪਊਗਾ ਹਾਂ ਚਲ ਓ चल ठीक है क्योंकि भैया टाइट हो गया अज सवेरे से पानी की बोतल ना पानी पीला पुत्र मुंह ना पानी पी लो ठीक है और वैज्ञानिक जी प्रेशर में लगे हैं और फिर
ਆਪਣਾ ਆਪਾਂ ਜਵੀ ਆਇਆ ਹੋਇਆ ਹੈਲੋ ਸਤਿ ਸ਼੍ਰੀ ਅਕਾਲ ਜੀ ਆਈ ਦਾ ਖਵਾਈ ਗਿਆ ਨਹੀਂ ਥਰੈਸ਼ਰ ਬਾਹਰ ਜੀ ਦੋ ਨਿਕਲ ਗਈਆਂ ਕਾਟਰਾਂ ਇੱਕ ਕਾਟਰ ਜਿੱਦਾਂ ਕਹਿੰਦਾ ਹੁੰਦਾ ਰਹਿ ਗਈ ਆ बनाया हुंदा नट ढिले करके काटर जदी निकल जांदी चढ़ देनी आ भैया वार पड़ा काला पैण डया पल्ला किथे की पग बनाउणी इने ए नवी पनीरी आ जिद्दां कहंदे मैनू दे दे दादा पूलर मैं खिच देनी आ चल इन्नू दे दे पूलर अच्छा आला तू खिचदा फिर मैं जाना घर नू फिर पंजाबो आण दी की लोड़ी ए हां जी बस जी की कीता जावे ए नवी पनीरी काली वाली पैंदी आ सट पेट लग जूगी कोई लिया थोड़ा थोड़ा फड़ा।